कोरोना महामारी ने इंसानी रिश्तों पे बड़ी सट मारी है कोरोना ਦੇ ਡਰੋਂ انسان انسان ਤੋਂ ਡਰ ਰਿਹਾ ਹੈ ਇਨਸਾਨੀ ਰਿਸ਼ਤੇ ਇਸ ਡਰ ਅੱਗੇ ਝੂਠੇ ਪੈਣ ਲੱਗੇ ਹਨ ਪਿੰਡ ਵੇਰਕਾ ਵਾਲਿਆਂ ਵੱਲੋਂ ਨਿਰਮਲ ਸਿੰਘ ਖਾਲਸਾ ਦੇ ਪਿੰਡ ਵਿੱਚ ਸਸਕਾਰ ਤੋਂ ਰੋਕਣ ਤੇ ਉਹਨਾਂ ਨੂੰ ਲਾਹਨਤਾਂ ਪੈ ਰਹੀਆਂ ਹਨ ਤਾਂ ਹੁਣ ਲੁਧਿਆਣਾ ਦੀ ਇੱਕ ਬਿਰਧ ਔਰਤ ਦੇ ਪਰਿਵਾਰ ਨੇ ਹੀ ਉਸ ਦੀ ਲਾਸ਼ ਲੈਣ ਤੋਂ ਮਨਾ ਕਰ ਦਿੱਤਾ ਕਿਉਂਕਿ ਉਸ ਦੀ ਮੌਤ कोरोना ਨਾਲ ਹੋਈ ਸੀ ਸੰਨੀਤੀ ਸ਼ਹਿਰ ਲੁਧਿਆਣਾ ਵਿੱਚ ਬੀਤੀ ਰਾਤ ਇਨਸਾਨੀਅਤ ਉਸ ਵੇਲੇ ਸ਼ਰਮਸਾਰ ਹੋਈ ਜਦੋਂ ਕੋਰੋਨਾ ਵਾਇਰਸ ਨਾਲ ਪੀੜਤ ਬਿਰਧ ਔਰਤ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਵਾਲਿਆਂ ਨੇ ਸੰਸਕਾਰ ਕਰਨ ਤੋਂ ਹੀ ਮਨਾ ਕਰ ਦਿੱਤਾ ਫੌਟੀਸ ਹਸਪਤਾਲ ਵਿੱਚ ਜੇਰੇ ਇਲਾਜ 69 ਸਾਲਾ ਸੁਰਿੰਦਰ ਕੌਰ ਦੀ ਬੀਤੀ ਦਿਨੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸੰਸਕਾਰ ਦੀਆਂ ਤਿਆਰੀਆਂ ਕਰ ਲਈਆਂ ਪਰ ਵੱਡਾ ਪਰਿਵਾਰ ਹੋਣ ਦੇ ਬਾਵਜੂਦ ਉਸਦੇ ਪਰਿਵਾਰ ਵਾਲਿਆਂ ਨੇ ਲਾਸ਼ ਲੈਣ ਤੋਂ ਮਨਾ ਕਰ ਦਿੱਤਾ ਸੁਨੇਹਾ ਦੇਣ ਦੇ ਬਾਵਜੂਦ ਸੁਰਿੰਦਰ ਕੌਰ ਦਾ ਕੋਈ ਵੀ ਪਰਿਵਾਰਕ ਮੈਂਬਰ ਉਸ ਦੀ লাশ ਲੈਣ ਫੋਰਟਿਸ ਹਸਪਤਾਲ ਨਹੀਂ ਪਹੁੰਚਿਆ ਉਹਨਾਂ লাশ ਲੈਣ ਤੁਸੀਂ ਬਣਾ ਕਰ ਦਿੱਤਾ ਆਖਿਰਕਾਰ ਡਿਊਟੀ ਮੈਜਿਸਟ੍ਰੇਟ ਕਮ ਤਹਿਸੀਲਦਾਰ ਜਗਸੀਰ ਸਿੰਘ ਨੇ ਖੁਦ লাশ ਲਿਆਂਦੀ ਉਹ ਸਿਹਤ ਤੇ ਪੁਲਿਸ ਵਿਭਾਗ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਦਾਣਾ ਮੰਡੀ ਸ਼ਮਸ਼ਾਨ ਘਾਟਪੂਜੇ ਕੱਲ ਇੱਕ ਲੇਡੀ ਜਿਹਦਾ ਨਾਮ ਸ੍ਰਿੰਦਰ ਕੌਰ ਹੈ ਸ਼ਿਮਲਾਪੁਰ ਦੀ ਰਹਿਣ ਵਾਲੀ ਸੀ ਉਹ ਪਿੱਛੇ ਜੇ ਆਪਣੇ ਰਿਸ਼ਤੇਦਾਰ ਕੋਲ ਮਹਾਲੀ ਗਈ ਸੀ ਔਰ ਉੱਥੋਂ ਬਿਮਾਰ ਹੋ ਕੇ ਉਹ ਲੁਧਿਆਣਾ ਪਹੁੰਚੀ ਸੀ ਔਰ ਉਹ ਕਰੋਨਾ ਦੀ ਪੋਜ਼ਿਟਿਵ ਉਜ ਪਾਇਆ ਗਿਆ ਸੀ ਕੱਲ ਜਿਹੜੀ ਹੈ ਉਸ ਦੀ ਮੌਤ ਹੋ ਗਈ ਸੀ ਔਰ ਜਦੋਂ ਉਸ ਦੀ ਮੌਤ ਹੋਈ ਉਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਨੂੰ ਕਿਹਾ ਗਿਆ ਵੀ ਆਪਣੀ ਡੈੱਡ ਬੋਡੀ ਲਿਜਾਓ ਔਰ ਜਿਹੜੇ ਦਾ ਸੰਸਕਾਰ ਕਰਨਾ ਉਸ ਵਾਸਤੇ ਇਤਜ਼ਾਮ ਕੀਤਾ ਜਾਓ ਉਸ ਦੇ ਪਰਿਵਾਰ ਦੇ ਲੋਕਾਂ ਨੇ ਉਸ ਬੋਡੀ ਨੂੰ ਕਲੇਮ ਨਹੀਂ ਕੀਤਾ ਬਲਕਿ ਕਿਹਾਏ ਤੁਸੀਂ ਤੁਹਾਡੀ ਜ਼ਿੰਮੇਵਾਰੀ ਹੈ ਔਰ ਤੁਸੀਂ ਕਰੋ ਉੱਥੇ ਵੀ ਉਸਦੇ ਪਰਿਵਾਰ ਵਾਲੇ ਕਾਫੀ ਦੂਰ ਆਪਣੀਆਂ ਗੱਡੀਆਂ 'ਚ ਬੈਠ ਕੇ ਸੰਸਕਾਰ ਦੀ ਰਸਮ ਦੇਖਦੇ ਰਹੇ ਪਰ ਕੋਈ ਕੋਲ ਨਹੀਂ ਆਇਆ। ਵਧੀਕ ਡਿਪਟੀ ਕਮਿਸ਼ਨਰ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਜਦੋਂ ਬੀਤੀ ਰਾਤ ਪ੍ਰਸ਼ਾਸਨਿਕ ਅਧਿਕਾਰੀ Laash ਲੈ ਕੇ ਸ਼ਮਸ਼ਾਨ ਘਾਟ ਪੁੱਜੇ ਅਤੇ ਪਰਿਵਾਰਿਕ ਮੈਂਬਰਾਂ ਨੂੰ ਕਿਹਾ ਕਿ ਉਹ ਦੂਰ ਤੋਂ ਕੋਈ ਰਸਮ ਕਰਨੀ ਹੈ ਤਾਂ ਕਰ ਸਕਦੇ ਹਨ ਪਰ ਪਰਿਵਾਰ ਦਾ ਕੋਈ ਵੀ ਮੈਂਬਰ ਅੱਗੇ ਨਹੀਂ ਆਇਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹੀ Laash ਨੂੰ ਚਿਤਾ ਤੱਕ ਪਹੁੰਚਦਾ ਕੀਤਾ। ਇਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਕਿਹਾ ਗਿਆ ਕਿ ਉਹ ਮੁੱਖ ਅਗਨੀ ਦੇਣ ਲਈ ਕੋਈ ਵਿਅਕਤੀ ਆ ਸਕਦਾ ਹੈ ਪਰ ਕੋਈ ਵੀ ਵਿਅਕਤੀ ਅੱਗੇ ਆਉਣ ਲਈ ਤਿਆਰ ਨਹੀਂ ਹੋਇਆ। ਉਹਨਾਂ ਨੇ ਦੱਸਿਆ ਕਿ ਜੋ ਵੀ ਪਰਿਵਾਰ ਦਾ ਮੈਂਬਰ ਮੁੱਖ ਅਗਨੀ ਦੇਵੇਗਾ ਉਸ ਨੂੰ ਪੂਰੀ ਕਿੱਟ ਪਹਾਈ ਜਾਵੇਗੀ। 10 ਤੋਂ 12 ਫੁੱਟ ਦੂਰ ਤੋਂ ਬਾਸ ਨੂੰ ਅੱਗ ਲਗਾ ਕੇ ਮੁੱਖ ਅਗਨੀ ਦਿੱਤੀ ਜਾਵੇਗੀ ਪਰ ਇਸ ਦੇ ਬਾਵਜੂਦ ਕੋਈ ਵੀ ਮੈਂਬਰ ਅੱਗੇ ਆਉਣ ਨੂੰ ਤਿਆਰ ਨਹੀਂ ਸੀ। ਆਖਿਰਕਾਰ ਪ੍ਰਸ਼ਾਸਨ ਵੱਲੋਂ ਸ਼ਮਸ਼ਾਨ ਘਾੜ ਦੇ ਚੌਕੀਦਾਰ ਨੂੰ ਹੀ ਇਸ ਕੰਮ ਲਈ ਤਿਆਰ ਕੀਤਾ ਗਿਆ। ਉਸ ਨੂੰ ਸਿਹਤ ਵਿਭਾਗ ਦੇ ਮੁਲਾਜ਼ਮ ਦੀ ਕਿੱਟ ਪਾ ਕੇ ਮੁੱਖ ਅਗਨੀ ਦੇਣ ਲਈ ਅੱਗੇ ਕੀਤਾ ਗਿਆ। ਹਾਲਕਿ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੇਰਕਾ ਪਿੰਡ ਵਿੱਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਨਿਰਮਲ ਸਿੰਘ ਖਾਲਸਾ ਦੇ ਸੰਸਕਾਰ ਤੋਂ ਪਿੰਡ ਵਾਲਿਆਂ ਨੇ ਸਾਫ਼ ਤੌਰ ਤੇ ਮਨਾਂ ਕਰ ਦਿੱਤਾ ਸੀ ਹਾਲਕਿ ਮਾਹਿਰੇ ਵਾਰ-ਵਾਰ ਕਹਿ ਰਹੇ ਹਨ ਕਿ ਕਰੋਨਾ ਪੋਜ਼ਿਟਿਵ ਮਰੀਜ਼ ਦੀ ਮ੍ਰਿਤਕ ਦੇ ਦੇ ਸੰਸਕਾਰ ਮੌਕੇ ਡਰਨ ਦੀ ਕੋਈ ਲੋੜ ਨਹੀਂ ਪਰਾਂਸਿਕ ਐਕਸਪਰਟ ਦਾ ਕਹਿਣਾ ਹੈ ਕਿ ਇਸ ਨਾਲ ਕਿਸੇ ਵੀ ਕਿਸਮ ਦੇ ਇਨਫੈਕਸ਼ਨ ਦਾ ਖਤਰਾ ਨਹੀਂ ਜੇ ਮ੍ਰਿਤਕ ਦੇ ਨੂੰ ਪੂਰੇ ਪ੍ਰੋਟੋਕੋਲ ਅਨੁਸਾਰ ਆੜਿਆ ਜਾਵੇ ਹੁਣ ਦਾ ਕਹਿਣਾ ਹੈ ਕਿ ਸੰਸਕਾਰ ਲਈ ਲਿਜਾਣ ਤੋਂ ਪਹਿਲਾਂ ਡੈੱਡ ਬੋਡੀ ਚੰਗੀ ਤਰ੍ਹਾਂ ਸੈਨੀਟਾਈਜ਼ ਕੀਤੀ ਜਾਂਦੀ ਹੈ ਸੜਨ ਤੋਂ ਪਹਿਲਾਂ ਮੂੰਹ ਨੱਕ ਸਮੇਤ ਕੋਈ ਰਾਰ ਸਾਇਨ ਨਾਲ ਧੋਤਾ ਜਾਂਦਾ ਹੈ ਮ੍ਰਿਤਕ ਦੇਹ ਦੇ ਸੜਨ ਤੋਂ ਬਾਅਦ ਇਸ ਦੇ ਹਵਾ ਵਿੱਚ ਫੈਲਣ ਦੀ ਮਹਿਜ ਕੋਈ ਅਫਵਾਹ ਹੈ ਸੋ ਲੋਕ ਇਸ ਤਰ੍ਹਾਂ ਦੀ ਅਫਵਾਹ ਵਿੱਚ ਨਾ ਆਉਣ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ